ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ISN ਪੰਜਾਬੀ ਵਲੋਗਸ ਤੇ। ਹੋਰ ਸੁਣਾਓ ਜੀ, ਸਾਰੇ ਵਧੀਆ ਹੋਵੋਗੇ? ਤੇ ਅੱਜ ਦੇ ਨਵੇਂ ਵਲੋਗ ਨੂੰ ਆਪਾਂ ਫਿਰ ਕਰਦੇ ਹਾਂ ਸਟਾਰਟ। ਤੇ ਦਿਨ ਦੇ ਬਾਹਰ 11 ਵੱਜ ਚੁੱਕੇ ਨੇ। ਉਹ ਜੀ ਰੋਟੀ ਆਪਾਂ ਖਾ ਲਈ, ਆਪਾਂ ਮੱਕੀ ਦੀ ਰੋਟੀ ਬਣਾਈ ਸੀ ਅੱਜ, ਨਾਲ ਸਾਗ ਨਹੀਂ ਸੀ, ਨਾਲ ਮੇਰੇ ਖਿਆਲ ਆਲੂ ਹੀ ਕੋਈ ਸਬਜ਼ੀ ਸੀ। ਉਹਨੇ ਵੈਸੇ ਸਵਾਦ ਲੱਗੀ, ਮੈਂ ਖਾ ਕੇ ਦੋ ਖਾਧੇ ਮੈਂ, ਕਿਉਂਕਿ ਤੁਹਾਨੂੰ ਪਤਾ ਨਾ ਢਿੱਡ ਬਹੁਤ ਛੇਤੀ ਭਰ ਜਾਂਦਾ। ਮੈਂਗੋ ਫਰੂਟੀ ਤੁਹਾਨੂੰ ਪਤਾ ਹੀ ਹੈ, ਫੇਵਰੇਟ ਹੈ ਮੇਰੀ। ਕਿਆ ਬਾਤ ਹੈ, ਬਹੁਤ ਸਵਾਦ। ਗਰਮੀਆਂ ਦੇ ਵਿੱਚ ਫਰੂਟੀ ਮਿਲ ਜੇ ਬਹੁਤ ਮਜ਼ਾ ਆਉਂਦਾ, ਬਹੁਤ ਮਜ਼ਾ। ਅਤੇ ਲਓ ਜੀ, ਹੁਣ ਮੈਂ ਆ ਚੁੱਕਾ ਗੱਡੀ ਦੇ ਵਿੱਚ। ਗੱਡੀ ਦੇ ਵਿੱਚ ਬਾਅਦ 'ਚ ਹੋ ਗਈ, ਆਪਾਂ ਹੁਣ ਆਪਣੀ ਗੱਡੀ ਨੂੰ ਸਾਫ਼ ਨਹੀਂ ਕੀਤਾ ਅਤੇ ਅੰਦਰੋਂ ਸਾਫ਼ ਕਰਨ ਵਾਲੀ ਹੋ ਗਈ ਗੱਡੀ ਸਾਡੀ। ਬਾਹਰ ਤਾਂ ਚੱਲ ਠੀਕ ਹੈ, ਅੰਦਰੋਂ ਸਾਫ਼ ਕਰਨੇ ਆ, ਸੀਟ ਸੂਟ ਮਾੜੀ ਸਾਫ਼ ਕਰ ਦਈਏ, ਪੋਲਿਸ਼ ਮਾਰ ਦਈਏ, ਚੱਲ ਵਧੀਆ ਹੁੰਦੀ ਗੱਡੀ ਦੇਖ ਲਓ। ਅਤੇ ਚਲੋ ਜੀ ਸ਼ੁਰੂ ਕਰਨੇ ਆ, ਨਾਲੇ ਸਾਰਾ ਸਮਾਨ ਸਮੂਨ ਚੱਕ ਦਿੰਦੇ ਆਪਾਂ ਅਤੇ ਵਧੀਆ ਕਰ ਦਿੰਦੇ ਗੱਡੀ ਨੂੰ ਆਪਾਂ, ਅਤੇ ਵਧੀਆ ਦੇਖਣ ਲੱਗ ਪਈ। ਫਿਰ ਪਿੱਛੋਂ ਵੀ ਕਰ ਦਿੰਦੇ ਹਾਂ ਸਾਫ਼, ਡਿੱਗੀ ਤਾਂ ਮੇਰੇ ਖਿਆਲ ਠੀਕ ਹੀ ਹੈ ਥੋੜ੍ਹੀ ਬਹੁਤ, ਉਹਨੂੰ ਵੀ ਸਾਫ਼ ਕਰ ਦਾਂਗੇ ਚੰਗੀ ਤਰ੍ਹਾਂ। ਇੱਕ ਛੋਟਾ ਜਿਹਾ ਝਾੜੂ ਵੀ ਹੈਗਾ, ਉਹ ਮਾਰ ਦਾਂਗੇ ਵਿੱਚ ਇਹਦੇ। ਅਤੇ ਨਾਲੇ ਜਿਵੇਂ ਤੁਹਾਨੂੰ ਪਤਾ ਹੈ ਮੈਂ ਗੱਡੀ ਵਾਸਤੇ ਗੱਡੀ ਵੈਕਿਊਮ ਲੈ ਕੇ ਆਇਆ ਸੀ, ਉਹ ਵੈਕਿਊਮ ਸਾਡੀ ਡਰੱਕ 'ਚ ਰਹਿ ਗਈ, ਡਰੱਕ ਦੇ ਵਿੱਚ ਵੈਕਿਊਮ, ਤਾਂ ਕਰਕੇ ਆਪਾਂ ਮੈਟ ਬਾਹਰ ਕੱਢ ਕੇ ਅਤੇ ਉਹਨਾਂ ਨੂੰ ਸਾਫ਼ ਕਰਨੇ ਪੈਣੇ ਨੇ ਵੈਕਿਊਮ, ਕਿਉਂਕਿ ਸਾਡੇ ਕੋਲ ਹੈਗੀ ਨਹੀਂ। ਚਲੋ ਕਰਨਾ ਮੈਂ ਸ਼ੁਰੂ ਗੱਡੀ ਨੂੰ ਸਾਫ਼ ਕਰਨੀ। ਅਤੇ ਲਓ ਜੀ ਗੱਡੀ ਆਪਾਂ ਸਾਫ਼ ਕਰ ਲਈਏ, ਬਹੁਤ ਦੇਰ ਲੱਗ ਗਈ ਮੈਨੂੰ ਗੱਡੀ ਸਾਫ਼ ਕਰਦੇ ਹੋਏ, ਚੰਗੀ ਤਰ੍ਹਾਂ ਕੀਤੀ ਸਾਰੀ ਤੁਹਾਨੂੰ ਦਿਖਾਉਂਦਾ ਮੈਂ। ਪਹਿਲਾਂ ਵੀ ਪੋਲਿਸ਼ ਵੀ ਮਾਰੀਏ ਬਾਹਰ, ਜਿਸੇ ਦਾਗ ਪਏ ਸੀ ਉਸੇ ਮੈਂ ਪੋਲਿਸ਼ ਮਾਰਤੀ ਉੱਥੇ ਵੀ ਬਾਹਰ, ਅਤੇ ਅੰਦਰ ਵੀ ਮਾਰਤੀ, ਅੰਦਰੋਂ ਜਿੰਨਾ ਵੀ ਸਾਰੇ ਮੈਟ ਮੂਟ ਸਾਫ਼ ਕਰਤੇ ਨੇ, ਅਤੇ ਬਸ ਥੋੜ੍ਹੀ ਵੈਕਿਊਮ ਮਾਰਨ ਲੈ ਗਈ। ਹੁਣ ਬਾਹਰ ਜਾ ਕੇ ਤਾਂ ਮੈਂ ਮਾੜੇ ਸਾਫ਼ ਕਰਤੇ ਨੇ, ਅਤੇ ਪਿੱਛੋਂ ਵੀ ਕਰਤਾ ਸੀਟਾਂ ਸੂਟਾਂ ਸਾਰੀਆਂ। ਦੇਖ ਲਓ ਜੀ ਮੈਟ ਕਰਤੇ ਸਾਫ਼, ਝਾੜਤੇ ਹਰੇ, ਹਾਂ ਉੱਥੇ ਪੋਲਿਸ਼ ਪੁਲੀ ਮਾਰਤੀ ਚੰਗੀ ਤਰ੍ਹਾਂ। ਉਹ ਦੇਖੋ ਬਸ ਪਿੱਛੇ ਵੀ ਕਰਤਾ ਸਾਫ਼ ਆਪਾਂ ਸਾਰਾ। ਚਲੋ ਯਾਰ, ਅਤੇ ਬਾਹਰ ਜੀ ਆਪਣੀ ਗੱਡੀ ਦੇ ਉੱਤੇ ਜਿਹੜੀ ਚਿੜੀਆਂ ਆਪਣਾ ਕੰਮ ਕਰ ਗਈਆਂ ਸੀ, ਤੁਹਾਨੂੰ ਪਤਾ ਲੱਗ ਗਈ ਹੋਣਾ ਕਿਹਦੀ ਕਾ ਕਰਨਾ ਵਾ ਮੈਂ, ਅਤੇ ਉਹ ਵੀ ਸਾਫ਼ ਕੀਤੀ ਮੈਂ ਇੱਥੋਂ, ਇੱਕ ਸਪਰੇਅ ਜੀ ਹੁੰਦੀ ਮਾਰ ਕੇ, ਇਹ ਦਾਗ ਦੂ ਫਿਰ ਮੈਂ ਜਿੰਨੇ ਵੀ ਪਏ ਸਾਰੀ ਸਾਫ਼ ਕਰਕੇ। ਚਲੋ ਫਿਰ ਜਾਂਦੇ ਹਾਂ ਹੁਣ ਅਤੇ ਆਪਾਂ। ਅਤੇ ਲਓ ਜੀ ਹੁਣ ਹੋ ਚੁੱਕੀ ਹੈ ਦੁਪਹਿਰ, ਮੇਰੇ ਖਿਆਲ ਨਾਲ 1-2 ਵੱਜ ਗਿਆ ਵੇ, ਅਤੇ ਇੱਥੇ ਬਣਾਈ ਮੈਗੀ, ਭੁੱਖ ਲੱਗਦੀ ਪਈ, ਪਾ ਕੇ ਮਟਰ ਮੁਟਰ ਅਤੇ ਬਸ ਖਾਂਦੇ ਹਾਂ। ਅਤੇ ਗਰਮੀ ਅੱਜ ਵੀ ਬਹੁਤ ਜ਼ਿਆਦਾ ਵੇ, ਅਤੇ ਹੁਣ ਨਹੀਂ ਲੱਗਦਾ ਕਦੇ ਬਾਰਿਸ਼ ਆਏਗੀ ਹੁਣ, ਅਤੇ ਵਧੀਆ ਲਗਾਤਾਰ ਗਰਮੀ ਪੈਂਦੀ ਵੀ ਹੈ, ਵਧੀਆ ਗਰਮੀਆਂ ਵਧੀਆ ਨੇ, ਠੰਡਾ ਨਹੀਂ ਵਧੀਆ ਲੱਗਦੀਆਂ, ਗਰਮੀ ਜਾ ਵਧੀਆ ਬੰਦਾ ਬਾਹਰ ਜਾ ਕੇ ਖੇਡ ਖੂਡ ਸਕਦਾ। ਅਤੇ ਲਓ ਜੀ ਇੱਥੇ ਆਪਾਂ ਖੇਡਣ ਲੱਗੇ ਹਾਂ GTA 5, ਅਤੇ ਓਕੇ ਜੀ ਫਿਰ ਖੇਡਦੇ ਹਾਂ, ਨਾਲੇ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਆਪਾਂ ਥੋੜ੍ਹੀ ਜੀ, ਮਜ਼ਾ ਆਉਂਦਾ ਖੇਡ ਕੇ ਮੰਨ ਲਾ ਵੀ GTA 5, ਜਿਵੇਂ ਤਾਂ ਆਪਾਂ ਛੁੱਟੀਆਂ ਪਈਆਂ ਨੇ ਟਾਈਮ ਪਾਸ ਕਰਨ ਲਈ GTA 5 ਖੇਡ ਲਈ ਦੀ, ਆਪਾਂ ਥੋੜ੍ਹੀ ਦੇਰ ਖੇਡਣੀ ਘੰਟਾ ਕੀ, ਮੈਂ ਬਸ 1 ਘੰਟੇ ਖੇਡਣ ਹੁੰਦਾ, ਫਿਰ ਬਾਅਦ 'ਚ ਫਿਰ ਮੈਂ ਬੋਰ ਜਿਹਾ ਹੋਣ ਲੱਗ ਪੈਂਦਾ। ਲਓ ਜੀ ਆਪਣਾ ਬੰਦਾ ਰੈਡੀ ਹੋ ਚੁੱਕਾ ਵੇ, ਮਾਈਕਲ। ਤੁਸੀਂ ਕਹਿੰਦੇ ਹੋਵੋਗੇ ਹਰ ਵਾਰ ਮਾਈਕਲ ਲੈਂਦਾ ਮੁੰਡਾ, ਕਿਉਂਕਿ ਮੈਂ ਮਾਈਕਲ ਤਾਂ ਲੈਂਦਾ ਵਾਂ, ਆਪਣੇ ਕੋਲ ਫਰੈਂਕਲਿਨ ਵੀ ਹੈਗਾ, ਟ੍ਰੈਵਲ ਵੀ ਹੈਗਾ, ਮਾਈਕਲ ਆਪਾਂ ਤਾਂ ਲਈ ਦਾ, ਕਿਉਂਕਿ ਮਾਈਕਲ ਨਾ ਗੱਡੀਆਂ ਬਹੁਤ ਰੱਖੀਆਂ ਨੇ, ਅਤੇ ਆਪਾਂ ਗੇਮ ਜਿਹੜੀ ਸੇਵ ਕਰਦੀ ਜੀ, ਕਿਉਂਕਿ ਫਿਰ ਗੱਡੀ ਜਿਹੜੀ ਆਪਾਂ ਲਿੱਤੀ ਉਹ ਜਾਵੇ ਨਾ, ਤਾਂ ਆਪਾਂ ਜਿਵੇਂ ਗੈਪ ਜਿਹੀ ਹੋ ਗੱਡੀ, ਤਾਂ ਕਰਕੇ ਆਪਾਂ ਸੇਵ ਕਰ ਲਈ ਦੀ ਮਾਈਕਲ ਕੋਲ, ਅਤੇ ਮਾਈਕਲ ਕੋਲ ਵਧੀਆ ਵਧੀਆ ਗੱਡੀਆਂ ਨੇ, ਤਾਂ ਕਰਕੇ ਆਪਾਂ ਮਾਈਕਲ ਨੂੰ ਲਈ ਦਾ ਵੇ। ਅਤੇ ਆਹ ਗੱਡੀ ਆਪਾਂ ਬਸ ਉਵੇਂ ਰੱਖੀ ਮਾੜੀ ਮੋਟੀ, ਜਿਵੇਂ ਤੁਹਾਨੂੰ ਪਤਾ ਇਹ ਜਿਹੜੀ ਹੁੰਦੀ ਹੈ ਗੱਡੀ ਦਿੰਦੇ ਹੁੰਦੇ ਨੇ ਗੇਮ ਵੱਲੀ, ਉਹ ਗੱਡੀ ਹੈ। ਚਲੋ ਫਿਰ ਚੱਲਦੇ ਹਾਂ ਆਪਾਂ, ਮੇਰੇ ਖਿਆਲ ਨਾਲ ਆਪਾਂ ਪਹਿਲਾਂ ਘਰ ਜਾਂਦੇ ਹਾਂ ਮਾਈਕਲ ਦੇ, ਉੱਥੇ ਜਿਹੜੀ ਗੱਡੀਆਂ ਖੜੀਆਂ ਉਹ ਲੈਂਦੇ ਹਾਂ। ਚਲੋ ਜੀ ਫਿਰ ਚੱਲੀਏ। ਉਹ ਲਾ ਦੇਖੋ ਜੀ ਇੱਧਰ ਕੀ ਖੜਾ ਜੀ, ODR8, ਇਹਨੂੰ ਚੱਕਣੇ ਆ, ਤਾਂ ਇਹਨੂੰ ਆਪਾਂ ਸੇਵ ਕਰਨਾ, ਚੱਕ ਜਾਂਦੇ ਜਾਂਦੇ ODR8 ਮਿਲ ਗਈ ਹੈ, ਕਿਆ ਬਾਤ ਹੈ, ਰੰਗ ਵੀ ਸੋਹਣਾ ਦੇਖ ਲਓ, ਉਹ ਛੱਤ ਵੀ ਖੁੱਲ੍ਹ ਜਾਂਦੀ, ਉੱਪਰੋਂ ਰੂਫ ਖੁੱਲ੍ਹ ਜਾਂਦੀ ਹੈ ਜੀ, ਇਹ ਵੀ ਵਧੀਆ ਵਧੀਆ ਗੱਡੀ ਆ ਵੀ, ਇਹਨੂੰ ਆਪਾਂ ਮੋਡੀਫਾਈ ਕਰਾਵਾਂਗੇ, ਅਤੇ ਇਹਨੂੰ ਆਪਾਂ ਗਰਾਂ ਦੇ ਵਿੱਚ ਰੱਖ ਲੈਂਦੇ ਹਾਂ, ਘਰ ਜਾਂਦੇ ਜਾਂਦੇ ਜਾਣਾ ਤਾਂ ਘਰ ਹੀ ਆਪਾਂ, ਅੰਦਰੋਂ ਦੇਖ ਲਓ ਆਹ ਦੇਖੋ ਜੀ ਵਧੀਆ ਨਾ ਗੱਡੀ। ਚਲੋ ਫਿਰ ਇਹਦੀ ਆਪਾਂ
रूफ खोलने हैं, देखियो खुलेगी होनी। हाँ देखो हाँ मज़ा आता ना, बस नज़ारा ही है गड्डी का, जरा व्हील भी बहुत वधिया ने गड्डी दे। आओ ले हुण तुहानू आपां पहलां ते भजावांगे घर, जाणा भजावांगे नाल गड्डी। तां लो जी गड्डी नूं आपां पूरी स्पीड ते भजाणी, मतलब कि फुल फास्ट भजाणी आपां। पहलां वार्म अप करिए थोड़े पिछले टायर, चलो भी ओ ध्यान ना भरावा। ओ लो चक, एक तो इन्हें ट्रैफिक बड़ी है, तो मैं रोड भी दूसरे तैयार ट्रैफिक बहुत होंगी, हाई भी होंगे नज़ारा ही। चल कोई ना इतने ही भजाने। आ देखो जो कि भजाने पे आप है ना, कि बहुत फास्ट नज़ारा गड्डी का पूरा वधिया। ओ लै फिर चला ही, मैं तुम्हें अगू दिखाता दिखाता होनी मेरी गड्डी, फिर बजनी ही अगली गड्डी के बच्चे, देख लो क्या बात है। हा हा नज़ारा है पूरा। घर कितने अपना घर तो वाह दूर है यार। चलो कोई नहीं घरों जाने आप। लो जी कर ली कमाली आप, ये चको जी गड्डी बहुत वधिया बई। ओ लो ओ जा यार, बच्चों के बच्चों के खंभे च बज गए। चलो हम तुम आप घर जाके मिलने हैं। तो लो जी घर तो आप सही समय पहुँच गए, पर मैनू याद भुल गया कि आप अपने घर के आलरेडी दो गड्डी खड़ी की पियां ने, तो मैं जी आप उड़ी आ रहे टेनू मैं ना गराज के खड़ी करना नहीं चाहता। तो मैं सोचा था भी जी आह गड्डी एक इनू बहर क्ड के इनू गराज लाने, तो आह जी गड्डी अपनी नीली होन लिया है इनू आप जो गराज ला दें, जिमें तुम पहाड़े को दूसरा गराज है। चलो देखना हम कि क्डनी गड्डी। तो लो जी आप सोचा भी आप आह गड्डी क्ड देने, ये लैके जाने आप गराज खड़ी कर दें। गराज लगे ही वधिया, क्योंकि जी जैगुआर गड्डी है वह मैं बहुत ज्यादा वधिया लगती है। मतलब जैगुआर ने हैगी, मतलब जैगुआर की शेप लगती, जहाँ आप जैगुआर ही गीत है, वह गड्डी बहुत वधिया वे। तो ये गड्डी भी वधिया, पर इन आप उत्थे खिलाने, उत्थे वधिया लगेगी नाले। चलो जी फिर वो एक होर उड्डी आ रही खड़ी, आ देखो लाल रंग की, पर जी छत जी खुलती होंगी जिम्मे वो खुलती रूफ वो नहीं खुलती यार। चलो वो भी वधिया है, यदि रूफ नहीं खुलती यार, उस ज़्यादा वधिया सिस्टम है। चलो फिर इनू आप गराज चलाने हाँ भाई दी, तो आई बड़ी देख लो गड्डी ओ यार ठोकी। ओ फिर जा यार गड्डी है वो कैम वैसे आ देख लो जी, सारे गड्डिया मतलब आप वधिया वधिया आने, माड़ी कोई भी नहीं देख लो। GTA 5 मैं खेड लिए, तो हूँ मेरा टाइम हो गया जिम का, अज आप ऐप्स का वर्कआउट करना वे। चलो फिर शुरू करने ऐप्स के वर्कआउट में अच्छ। चलो जी फिर जी हूँ आप एक ऐप डाउनलोड किया जिदा नाम हैगा वे मैजिक माइक। साढ़े को एक हैगा सी स्पीकर आ जड़ा, जिमें कि हूँ मैं आ ऐप बोलागा तो इतू आवाज आएगी हिसाब ना आप कहीं माइक है ये आ स्पीकर वह देखियो तुम मैं बोल के दसाना माड़िया फ्रंट दे आए माइक आ देखो मैं क्लिक करा इतने हूँ मैं मेरी आवाज आएगी देखो मजा बहुत है। मैं कह तुम भी दिखा दें चलो वधिया है ना स्पीकर, मैं चलाया करके देखने। तो वैसे सब तो पहले भरा लिया जरा तो मैं बोलिया सच्ची चल पाया, चाहे आप गाने गुने गाते पे, मैं तुम्हें दिखाने वधिया चीज़ है। चलो कंटिन्यू करने अगे ब्लॉग आप। हूँ रात दे बज चुके ने जी 9:30, तो आज दे ब्लॉग नूं आप इत्थी करने एंड। वीडियो वधिया लगी तो लाइक सबसक्राइब करके जरूर जायो, मतलब कि लाइक सबसक्राइब करके जरूर जायो, जरूर करो लाइक सबसक्राइब।
ओके जी, तुहानू जल्दी ही मिलांगे आपां फिर अगली वीडियो दे नाल। Thank you.